ਜਿਹਨੂੰ ਚੰਦੀ ਸਾਹਿਬ ਨੇ ਕਿਹਾ ਕਿ ਉਹ ਨਾਂ ਤਾਂ ਵਾਕਈ ਉਹਨੂੰ ਮੁਹੰਮਦ ਸਿੰਘ ਆਜ਼ਾਦ ਹੀ ਰੱਖਿਆ ਸੀਗਾ, ਪਰ ਕੁਛ ਚੀਜ਼ਾਂ ਲੋਕ ਸ਼ਾਮਿਲ ਕਰ ਦਿੰਦੇ ਆ ਜਿਹੜੀਆਂ ਬਹੁਤ ਖੂਬਸੂਰਤ ਹੁੰਦੀਆਂ, ਕਿਉਂਕਿ ਰਾਮ ਜੁੜ ਕੇ ਉਹ ਨਾਂ ਹੋਰ ਸੋਹਣਾ ਹੋ ਗਿਆ। ਜਿਸ ਤਰ੍ਹਾਂ ਬਹੁਤ ਲੋਕ ਕਹਿੰਦੇ ਜੀ ਪਤਾ ਨਹੀਂ ਮੀਆਂ ਮੀਰ ਨੇ ਦਰਬਾਰ ਸਾਹਿਬ ਦਾ ਨੀਂਹ ਪੱਥਰ ਰੱਖਿਆ ਨਹੀਂ ਸੀ, ਖਾਸ ਕਰਕੇ ਨਹੀਂ ਰੱਖਿਆ ਸੀ, ਪਰ ਲੋਕਾਂ ਦੀ ਸਿਮਰਤੀ ਨੇ ਕਿਹਾ ਕਿ ਹਾਂ ਰੱਖਿਆ ਸੀ। ਔਰ ਲੋਕਾਂ ਉਹ ਲੋਕ ਰਚਨਾ ਹੁੰਦੀ ਹੈ, ਔਰ ਕਵੀਆਂ ਨੂੰ ਮਾਫ਼ ਹੈ, ਇਤਿਹਾਸਕਾਰਾਂ ਨੂੰ ਮਾਫ਼ ਨਾ ਹੋਵੇ ਹੋਰ ਗੱਲ, ਲੇਕਿਨ ਕਵੀਆਂ ਨੂੰ ਸਾਖੀ ਦੀ ਕਵਿਤਾ ਵੀ ਮਨਜ਼ੂਰ ਆ, ਉਹਨਾਂ ਨੂੰ ਮਿਥਾਸ ਦੀ ਕਵਿਤਾ ਵੀ ਮਨਜ਼ੂਰ ਆ, ਔਰ ਜੋ ਉਹਦੀ ਲੋਕ ਰਚਨਾ ਕਰਦੇ ਉਹ ਵੀ ਮਨਜ਼ੂਰ ਹੈ। ਅਤੇ ਮੈਂ ਉਹਦਾ ਨਾਮ ਰੱਖਿਆ ਸੀ ਕਿ ਇੱਕ ਸੋਹਣੇ ਨਾਂ ਦਾ ਗੀਤ, ਕਿ ਮੈਨੂੰ ਬਹੁਤ ਸੋਹਣਾ ਨਾਂ ਲੱਗਿਆ। ਤਾਂ ਇਸ ਤੋਂ ਪਹਿਲਾਂ ਜਿਹੜੀ ਚਰਨ ਨੇ ਗੱਲ ਕਹੀ ਕਿ ਇੱਥੋਂ ਜਾਣ ਦੀ, ਤਾਂ ਮੇਰਾ ਇੱਕ ਮੈਂ ਬਹੁਤ ਲੰਬੀ ਨਜ਼ਮ ਵੀ ਲਿਖੀ ਜਿਹਦਾ ਮੈਂ ਨਾਂ ਰੱਖਿਆ ਕਿ ਅਸੀਂ ਇੱਥੇ ਵਸਣਾ। ਪਰ ਮੈਂ ਗਜ਼ਲ ਦਾ ਇੱਕ ਸ਼ੇਰ ਸੁਣਾ ਕੇ ਫਿਰ ਗੀਤ ਸੁਣਾਉਂਗਾ, ਕਾਫੀ ਦੇਰ ਹੋ ਗਿਆ। ਉਸ ਮੈਂ ਕਿਹਾ ਸੀ ਕਿ ਇੱਥੋਂ ਕੁੱਲ ਪਰਿੰਦੇ ਵੀ ਉੜ ਗਏ, ਇੱਥੇ ਮੇਘ ਆਉਂਦੇ ਵੀ ਮੁੜ ਗਏ, ਇੱਥੇ ਕੱਲ੍ਹ ਅੱਜ ਕੱਲ੍ਹ ਬਿਰਖ ਵੀ ਕਿਤੇ ਹੋਰ ਜਾਣਦੇ ਮਸ਼ਵਰੇ, ਕਿ ਰੁੱਖ ਵੀ ਕਿਤੇ ਹੋਰ ਜਾਣਦੇ ਆ। ਮੈਨੂੰ ਯਾਦ ਹੈ ਕਿ ਸਾਡੇ ਗੁਆਂਢ 'ਚ ਇੱਕ ਬੈਂਕ ਮੈਨੇਜਰ ਰਹਿੰਦਾ ਸੀਗਾ ਕਿਰਾਏ 'ਤੇ, ਅਤੇ ਸਾਡੀ ਕੱਲ੍ਹ ਸਾਂਝੀ ਸੀ, ਅਤੇ ਸਾਂਝੀ ਕੱਲ੍ਹ 'ਤੇ ਉਹਨਾਂ ਨੇ ਗਮਲੇ ਰੱਖੇ ਹੁੰਦੇ ਸੀਗੇ, ਅਤੇ ਜਦੋਂ ਉਹਨਾਂ ਦੀ ਬਦਲੀ ਹੋਈ ਉਹਨਾਂ ਨੇ ਸਾਰਾ ਸਮਾਨ ਵੀ ਚੁੱਕਿਆ ਅਤੇ ਗਮਲੇ ਵੀ ਕੰਧ ਤੋਂ ਚੁੱਕੇ ਲਿਜਾਣੇ ਸੀ ਉੱਪਰ ਲੈ ਗਏ। ਅਤੇ ਮੈਂ ਇੱਕ ਸ਼ੇਅਰ ਲਿਖਿਆ ਕਿ ਅਸੀਂ ਤਾਂ ਬਿਰਖ ਸਾਂ, ਜਾਣਾ ਸੀ ਕਿੱਥੇ, ਉਹ ਤੁਰ ਗਏ ਆਪਣੇ ਗਮਲੇ ਉਠਾ ਕੇ। ਲੇਕਿਨ ਮੈਂ ਫਿਰ ਦੇਖਿਆ ਕਿ ਨਹੀਂ, ਬਿਰਖ ਵੀ ਹੁਣ ਤਾਂ ਜਾ ਰਹੇ, ਕਿ ਇੱਥੋਂ ਕੁੱਲ ਪਰਿੰਦੇ ਵੀ ਉੜ ਗਏ, ਇੱਥੇ ਮੇਘ ਆਉਂਦੇ ਵੀ ਮੁੜ ਗਏ, ਇੱਥੇ ਕੱਲ੍ਹ ਅੱਜ ਕੱਲ੍ਹ ਬਿਰਖ ਵੀ ਕਿਤੇ ਹੋਰ ਜਾਣਦੇ ਮਸ਼ਵਰੇ, ਕਿ ਇਸ ਧਰਤੀ ਦੇ ਉੱਤੇ ਰੁੱਖ ਵੀ ਸਲਾਹਾਂ ਕਰ ਰਹੇ ਕਿ ਆਪਾਂ ਇੱਥੋਂ ਚੱਲੀਏ, ਪਰ ਅਸੀਂ ਇਸ ਧਰਤੀ ਨੂੰ ਵਸਣ ਯੋਗ ਕਰਾਉਣਾ। ਅਤੇ ਉਸ ਕਵਿਤਾ ਦਾ ਮੈਂ ਕਿਹਾ ਸੀ ਕਿ ਹੈ ਕੋਈ ਕਵੀ ਇੱਥੇ, ਹੈ ਕੋਈ ਸੰਗੀਤਕਾਰ, ਸਾਜ਼ੀਆਂ ਦੀ ਟੋਲੀ ਕੋਈ ਜਿਹੜੀ ਹੋਰ ਰਾਗ ਛੇੜੇ, ਹਰ ਕੋਈ ਆਖਦਾ ਹੈ ਚਲੋ ਇੱਥੋਂ ਚੱਲੀਏ, ਜਿਹੜੀ ਹੋਰ ਰਾਗ ਛੇੜੇ, ਜਿਹੜੀ ਹੋਰ ਤਾਲ ਛੇੜੇ, ਹੈ ਕੋਈ ਕਵੀ ਇੱਥੇ, ਹੈ ਕੋਈ ਸੰਗੀਤਕਾਰ। ਤੂੰ ਮੈਂ ਕਿ ਬਸ ਗੱਲਾਂ ਮੇਰੀਆਂ ਵੀ ਨਹੀਂ ਮੁੱਕਦੀਆਂ ਹੁੰਦੀਆਂ, ਅਤੇ ਮੈਂ ਹੁਣ ਪਰ ਇਹ ਗੀਤ ਜਿਹੜਾ ਮੇਰਾ ਆਪਣਾ ਹੀ ਦਿਲ ਕਰਦਾ ਕਿ ਮੈਂ ਉਹ ਗਾਵਾਂ। ਜਦੋਂ ਮੈਂ ਸ਼ਹੀਦ ਊਧਮ ਸਿੰਘ ਦੀ ਇੱਕ ਫਿਲਮ ਬਣੀ ਸੀ ਰਾਜਪੁਰ, ਜਿੱਥੇ ਸ਼ਹੀਦ ਊਧਮ ਸਿੰਘ ਬਣਿਆ, ਅਤੇ ਉੱਥੇ ਡਾਇਲੋਗ ਲਿਖਣ ਦੀ ਮੇਰੀ ਅਤੇ ਅਤੁਲ ਸੀ ਉਹਨਾਂ ਦੀ ਜ਼ਿੰਮੇਵਾਰੀ ਸੀ, ਅਤੇ ਉਦੋਂ ਜਦੋਂ ਅਸੀਂ ਡਾਇਲੋਗ ਲਿਖ ਰਹੇ ਸੀ ਉਦੋਂ ਹੀ ਇਹ ਨਜ਼ਮ ਮੇਰੇ ਮਨ 'ਚ ਆਈ ਸੀ ਕਿ ਇੱਕ ਸੋਹਣੇ ਨਾਮ ਦਾ ਗੀਤ, ਜਿਸ ਉਹਦਾ ਨਾਮ ਸੁਣਾ ਰਾਮ ਮੁਹੰਮਦ ਸਿੰਘ ਆਜ਼ਾਦ। ਰਾਮ ਮੁਹੰਮਦ ਸਿੰਘ ਮੇਰਾ ਨਾਮ, ਰਾਮ ਮੁਹੰਮਦ ਸਿੰਘ ਮੇਰਾ ਨਾਮ, ਹਾਂ ਆਜ਼ਾਦ ਹਵਾ ਜਿਉਂ ਹੋਵੇ, ਭਰਿਆ ਫਿਰਾਂ ਕਟਾ ਜਿਉਂ ਹੋਵੇ, ਹਾਂ ਆਜ਼ਾਦ ਹਵਾ ਜਿਉਂ ਹੋਵੇ, ਭਰਿਆ ਫਿਰਾਂ ਕਟਾ ਜਿਉਂ ਹੋਵੇ, ਕੋਈ ਕਰਜ਼ ਅਦਾ ਜਿਉਂ ਹੋਵੇ, ਇਉਂ ਮਰ ਜਾਂ ਕਿਸੇ ਤਪਦੀ ਥਾਂ, ਤਰਕ ਦਾ ਸੀਨਾ ਸ਼ਾਂਤ ਕਰਾਂ, ਰਾਮ ਮੁਹੰਮਦ ਸਿੰਘ ਮੇਰਾ ਨਾਮ, ਰਾਮ ਮੁਹੰਮਦ ਸਿੰਘ ਮੇਰਾ ਨਾਮ, ਮਾਪਿਆਂ ਸੀ ਇੱਕ ਨਾਮ ਤਰਾਇਆ, ਸ਼ੇਰਾ ਸ਼ੇਰਾ ਆਖ ਬੁਲਾਇਆ, ਮਾਪਿਆਂ ਸੀ ਇੱਕ ਨਾਮ ਤਰਾਇਆ, ਸ਼ੇਰਾ ਸ਼ੇਰਾ ਆਖ ਬੁਲਾਇਆ, ਪਰ ਫਿਰ ਇੱਕ ਦਿਨ ਐਸਾ ਆਇਆ, ਸਿਰ ਤੋਂ ਉੱਡ ਗਈ ਮੋਦੀ ਛਾਂ, ਰੁਲਦਾ ਰਹਿ ਗਿਆ ਛਿੰਦਾ ਨਾਂ, ਰੁਲਦਾ ਰਹਿ ਗਿਆ ਸ਼ੇਰਾ ਨਾਂ, ਫਿਰ ਮੈਂ ਖੁਦ ਇੱਕ ਨਾਮ ਉਤਰਾਇਆ, ਨਾਮ ਹੀ ਇੱਕ ਪੈਗਾਮ ਬਣਾਇਆ,
ਫਿਰ ਮੈਂ ਖੁਦ ਇੱਕ ਨਾਮ ਤਰਾਇਆ, ਨਾਮ ਹੀ ਇੱਕ ਪੈਗਾਮ ਬਣਾਇਆ, ਨਾਮ ਹੀ ਝੰਡੇ ਵਾਂਗ ਚੁਲਾਇਆ, ਜਿਸ ਦੀ ਸਦੀਆਂ ਦੇ ਸਿਰ ਛਾਂ, ਜਿਹੜਾ ਨਿਰਥਾਵਾਂ ਦੀ ਥਾਂ, ਰਾਮ ਮੁਹੰਮਦ ਸਿੰਘ ਨਾ। ਮੈਨੂੰ ਕਿਤੇ ਅਨਾਥ ਨਾ ਜਾਣੀ, ਮੇਰੇ ਅਸਲੀ ਸਾਥ ਪਛਾਣੀ, ਮੈਨੂੰ ਕਿਤੇ ਅਨਾਥ ਨਾ ਜਾਣੀ, ਮੇਰੇ ਅਸਲੀ ਸਾਥ ਪਛਾਣੀ। ਪਵਨ ਗੁਰੂ ਮੇਰਾ ਪਿਤਾ ਹੈ ਪਾਣੀ, ਤਰਤ ਸੁਹਾਵੀ ਮੇਰੀ ਮਾਂ, ਮੇਰੇ ਸਿਰ ਸ਼ਬਦਾਂ ਦੀ ਥਾਂ, ਰਾਮ ਮੁਹੰਮਦ ਸਿੰਘ ਮੇਰਾ ਨਾਮ। ਔਰ ਆਖਰੀ ਇਹਦਾ ਬੰਦ ਹੈ, ਮੈਂ ਤਾਂ ਕੇਵਲ ਇਹੋ ਕਹਿਣਾ, ਮੈਂ ਤਾਂ ਤੁਹਾਡੇ ਦਿਲ ਵਿੱਚ ਰਹਿਣਾ, ਮੈਂ ਤਾਂ ਤੁਹਾਡੇ ਦਿਲ ਵਿੱਚ ਰਹਿਣਾ, ਮੈਂ ਬਸ ਕੇਵਲ ਇਹੋ ਕਹਿਣਾ, ਦਿਲ ਦਾ ਬੂਹਾ ਢੋਣਾ ਲੈਣਾ, ਫਿਰ ਨਾ ਕਿਤੇ ਅਨਾਥ ਬਣਾ, ਰੁੜਦਾ ਫਿਰੇ ਨਾ ਥਾਂ ਪਰ ਥਾਂ, ਰਾਮ ਮੁਹੰਮਦ ਸਿੰਘ ਮੇਰਾ ਨਾਮ, ਰਾਮ ਮੁਹੰਮਦ ਸਿੰਘ। ਬਹੁਤ ਬਹੁਤ ਧੰਨਵਾਦ।